सत श्री अकाल जी। अज की वीडियो तुहानू सारे नू पसंद नहीं आनी, किसी नू पसंद आनी है ते किसी नू नहीं भी आनी, पर जिन्हां नू इह गलबात पसंद आनी है उन्हां नू बेनती वध तों वध शेयर कर दिओ, क्योंकि जिन्हां लोकां दी बाबत इह वीडियो बना रहे हां इह वीडियो उन्हां तक पहुँचनी चाहीदी है। पहला तुसीं देखो इह वीडियो ते फिर आपां गलबात करदे हां। दस्तारधारी जिहड़े बाहर तों सिख दिख रहे ने, हुण सिख है जां नहीं इह तां गुरु जाणदा जां रब जाणदा है, क्योंकि सिक्खी सरूप दे विच स्टेट दे हकूमतां दे संद ने जिहड़े ਉਹ ਆਪਣੀਆਂ ਖੇਡਾਂ ਖੇਡ ਜਾਂਦੇ ਹੁੰਦੇ ਆ। ਦਸਤਾਰਾਂ ਸਦੀਆਂ ਨੇ ਕਿਰਪਾਨਾਂ ਉੱਪਰ ਦੀ ਸ਼੍ਰੀ ਸਾਹਿਬ ਪਾਏ ਹੋਏ ਨੇ, ਔਰ ਇੱਕ ਫੁੱਟਬਾਲ ਹੈ, ਫੁੱਟਬਾਲ ਨੂੰ ਭਾਰਤੀ ਤਿਰੰਗੇ ਝੰਡੇ ਦੇ ਵਿੱਚ ਜਿਹੜਾ ਲਪੇਟਿਆ ਹੋਇਆ, ਔਰ ਉਸਦੇ ਲੱਤਾਂ ਜ਼ੋਰ ਜ਼ੋਰ ਦੀ ਠੁੱਡੇ ਮਾਰੇ ਜਾ ਰਹੇ ਨੇ, ਠੁੱਡੇ ਮਾਰੇ ਜਾ ਰਹੇ ਨੇ, ਨਾਲ ਨਾਲ ਵੀ ਵਾਂਟ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ, ਅਤੇ ਦੇਖਣ ਤੋਂ ਇਹ ਲੱਗਦਾ ਵੀ ਇਹ ਉਹ ਲੋਕ ਨੇ ਜਿਹੜੇ ਭਾਰਤੀ ਹਕੂਮਤ ਦੇ ਕੋਲੋਂ ਖਾਲਸਾ ਰਾਜ ਦੀ ਗੱਲ ਕਰਦੇ ਨੇ ਜਾਂ ਖਾਲਿਸਤਾਨ ਦੀ ਮੰਗ ਕਰਦੇ ਨੇ। ਹੁਣ ਕੀ ਸੱਚਮੁੱਚ ਦੇ ਖਾਲਿਸਤਾਨੀ ਨੇ, ਖਾਲਸਾ ਰਾਜ ਚਾਹੁੰਦੇ ਨੇ, ਜਾਂ ਇਹ ਸਟੇਟ ਦੇ ਹਕੂਮਤ ਦੇ ਉਹ ਸੰਦ ਨੇ ਜਿਹੜੇ ਖਾਲਿਸਤਾਨ ਦੇ ਨਾਮ ਦੇ ਹੇਠ ਆਪਣਾ ਪੇਟ ਪਾਲਦੇ ਨੇ ਅਤੇ ਸਰਕਾਰੀ ਹਕੂਮਤ ਸਟੇਟਾਂ ਦੇ ਇਸ਼ਾਰਿਆਂ ਦੇ ਉੱਪਰ, ਭਾਰਤੀ ਏਜੰਸੀਆਂ ਦੇ ਇਸ਼ਾਰਿਆਂ ਦੇ ਉੱਪਰ ਸਿੱਖਾਂ ਨੂੰ ਮੂਰਖ ਬਣਾ ਕੇ ਬਦਨਾਮ ਕਰਨ ਦੇ ਉੱਤੇ ਲੱਗੇ ਹੋਏ ਨੇ। ਇਹ ਰੱਬ ਜਾਣਦਾ ਕਿ ਕੌਣ ਨੇ। ਪਰ ਆਪਾਂ ਜਿਹੜੀ ਗੱਲ ਅੱਜ ਕਰਨੀ ਹੈ, ਜੇ ਇਹ ਲੋਕ ਸੱਚਮੁੱਚ ਖਾਲਿਸਤਾਨੀ ਨੇ, ਖਾਲਸਾ ਰਾਜ ਦੀ ਮੰਗ ਕਰਨ ਵਾਲੇ ਨੇ, ਤੇ ਫਿਰ ਆਪਾਂ ਇਸ ਐਂਗਲ ਨੂੰ ਮੁੱਕ ਰੱਖ ਕੇ ਅੱਜ ਦੀ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਕੰਮ ਕਰਦੇ ਪਏ ਨੇ ਕਿ ਭਾਰਤੀ ਤਿਰੰਗੇ ਨੂੰ ਝੰਡੇ ਨੂੰ ਠੁੱਡੇ ਮਾਰਨੇ, ਖਾਲਿਸਤਾਨ ਜਿੰਦਾਬਾਦ ਨਾਲ ਲਾਉਣੇ ਕੋਈ ਮਾੜੀ ਗੱਲ ਨਹੀਂ ਹੈ, ਭਾਰਤੀ ਕਾਨੂੰਨ ਦੇ ਅਨੁਸਾਰ ਵੀ ਜਿਹੜਾ ਹੈ ਉਹ ਅਧਿਕਾਰ ਮਿਲਿਆ ਹੋਇਆ, ਪਰ ਭਾਰਤੀ ਤਿਰੰਗੇ ਝੰਡੇ ਨੂੰ ਠੁੱਡੇ ਮਾਰਨੇ, ਪੈਰਾਂ ਥੱਲੇ ਰੋਲਣਾ, ਔਰ ਪੈਰਾਂ ਥੱਲੇ ਰੋਲ ਕੇ ਠੁੱਡੇ ਮਾਰ ਮਾਰ ਕੇ ਕਲੋਲਾਂ ਕਰਨੀਆਂ, ਇਹ ਕਿੱਥੋਂ ਤੱਕ ਸਹੀ ਨੇ? ਇੱਕ ਤਾਂ ਆਪਾਂ ਵਿਚਾਰ ਕੇ ਕਰਨੀ ਹੈ। ਦੂਜਾ, ਕਿ ਝੰਡਾ ਕਿਸੇ ਪਾਰਟੀ ਦਾ ਹੈ ਜਾਂ ਇੱਕ ਦੇਸ਼ ਦਾ ਹੁੰਦਾ? ਇਸ ਜਿਹੜੀ ਇਹ ਕਰਤੂਤ ਕੀਤੀ ਜਾ ਰਹੀ ਹੈ, ਇਹਦੇ ਨਾਲ ਸਾਨੂੰ ਫਾਇਦਾ ਕੀ ਹੋਵੇਗਾ, ਨੁਕਸਾਨ ਕੀ ਹੋਵੇਗਾ? ਜੋ ਇਹ ਤਿਰੰਗੇ ਝੰਡੇ ਨੂੰ ਠੁੱਡੇ ਮਾਰੇ ਜਾ ਰਹੇ ਨੇ, ਜੇ ਇਸ ਐਕਸ਼ਨ ਦਾ ਰਿਐਕਸ਼ਨ ਹੋਇਆ ਤਾਂ ਫਿਰ ਸਾਡੀ ਹਾਲਤ ਕੀ ਹੋਵੇਗੀ? ਸਾਡੀ ਵਿਰੋਧਤਾ ਭਾਰਤੀ ਸਟੇਟ ਨਾਲ ਹੈ ਜਾਂ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ? ਸੋਚਣ ਵਾਲੀ ਗੱਲ ਹੈ। ਇਸੇ ਤਿਰੰਗੇ ਝੰਡੇ ਦੇ ਵਿੱਚ ਭਾਰਤ ਦੀਆਂ ਸਰਹੱਦਾਂ ਦੇ ਉੱਪਰ ਸਿੱਖ ਨੌਜਵਾਨ ਲਾਸ਼ਾਂ ਬਣ ਕੇ ਲਿਪਟ ਕੇ ਵੀ ਆਉਂਦੇ ਨੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਲੋਕਾਂ ਨੇ ਗਾਲਾਂ ਵੀ ਕੱਢਣੀਆਂ, ਬਹੁਤ ਲੋਕਾਂ ਨੇ ਕਹਿਣਾ ਜੀ ਇਹ ਭਾਰਤੀ ਸਟੇਟ ਦਾ ਚਮਚਾ ਹੈ, ਬਹੁਤਾਂ ਨੇ ਕਹਿਣਾ ਜੀ ਇਹ ਬ੍ਰਾਹਮਣਵਾਦ ਵਿੱਚ ਲਿਪਟਿਆ ਹੋਇਆ, ਬਹੁਤਿਆਂ ਨੇ ਇਹ ਵੀ ਕਹਿਣਾ ਹੈ ਵੀ ਇਹ RSS ਦਾ ਬੰਦਾ, ਇਹ ਕੇਵਲ ਬਾਹਰ ਤੋਂ ਇਹਨੇ ਪੱਗ ਦੇ ਵਿੱਚ ਸਿਰ ਫਸਾਇਆ ਹੋਇਆ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਆਪੋ ਆਪਣੇ ਵਿਚਾਰ ਜਿਹੜੇ ਉਹ ਲੋਕਾਂ ਨੇ ਦੇਣੇ ਨੇ। ਪਰ ਆਪਾਂ ਗੱਲ ਕਰਦੇ ਹਾਂ ਮੁੱਦੇ ਦੀ, ਅਸਲ ਦੇ ਵਿੱਚ ਇਹ ਹੈ ਕੀ ਹੈ। ਸਭ ਤੋਂ ਪਹਿਲਾਂ ਸੋਚਣਾ ਬਣਦਾ ਕਿ ਜਿਹੜਾ ਕਿਸੇ ਦੇਸ਼ ਦਾ ਝੰਡਾ ਹੁੰਦਾ, ਗੱਲ ਇਕੱਲੇ ਭਾਰਤੀ ਝੰਡੇ ਦੀ ਨਹੀਂ ਆ, ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ, ਜੇ ਕੱਲ੍ਹ ਨੂੰ ਕੋਈ ਪਾਕਿਸਤਾਨ ਦੇ ਝੰਡੇ ਦੇ ਵੀ ਠੁੱਡੇ ਮਾਰਦਾ, ਜੇ ਕਿਸੇ ਪਾਕਿਸਤਾਨ ਦੇ ਝੰਡੇ ਦੀ ਵੀ ਕੋਈ ਬੇਇੱਜ਼ਤੀ ਕਰਦਾ, ਤਾਂ ਆਪਾਂ ਉਹਦੇ ਵਿਰੋਧ ਵਿੱਚ ਵੀ ਉਸ ਗੱਲ ਨੂੰ ਗਲਤ ਕਹਾਂਗੇ ਕਿ ਕਿਸੇ ਦੇਸ਼ ਦੇ ਝੰਡੇ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਆਮ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ। ਝੰਡਾ ਕਿਸੇ ਪਾਰਟੀ ਦਾ ਨਹੀਂ ਹੁੰਦਾ, ਝੰਡਾ ਕਿਸੇ ਦੇਸ਼ ਦਾ ਝੰਡਾ
किसी सरकार का नहीं हुंदा, झंडा पूरे लोकां दी भावनावां दा, झंडा देश दी प्रभु सत्ता दा, ते झंडा जिहड़ा हुंदा देश दी एकता दा प्रतीक हुंदा। कुछ ही गल कि गुरबाणी जां सिख इतिहास कदी इदां दे वृतांत नूं सांझा करदा है कि पुरातन साढ़े सिखां ने जिन्हां ने मुगली हकूमत दे नाल कई सदियां लड़ाइयां लड़ियां, ब्राह्मणवाद दे नाल सिखी दी जंग शुरू तो है, पर कि अज तक ऐसा कदे इतिहास विच होया कि मुगलां दे राज दे विच सिखां ने मुगलां दे झंडे नूं इदां जिहड़ा सी ओह पैरां थले रोलना जतन कीता गया होवे? नहीं, कदे नहीं मिलदा। अंग्रेजां ने राज कीता कि अंग्रेजां दे राज विच ऐसा होया कि अंग्रेजां दे झंडे नूं इदां कीता गया होवे? शायद नहीं मिलदा, ते मिलना भी नहीं चाहिए। उहदा कारण है कि जिहड़ा देश का झंडा हुंदा वह केवल किसी सरकार का नहीं हुंदा, असल विच उहदे नाल आम लोकां दीआं भावनावां जुड़ियां हुंदियां ने। शेरे पंजाब रणजीत सिंह का राज 1839-40 विच खत्म हो जाता है, पर सिख अज भी रणजीत सिंह दे राज दे खालसा राज दे झंडे दे अगे अज भी अपना सिर झुकाउंदे ने, जदों कि वह राज कदों दा खत्म हो चुके, ते सिख उसे राज नूं दुबारा प्राप्त करन दे लई संघर्षशील भी हन। जिहड़ा देश दा झंडा हुंदा है कि किसे होर व्यक्ति दे वल्लों पैरां थले रोलण दे नाल जां झंडे दे उत्ते काल खमालन दे नाल जां झंडे नूं फुड्डे मारन दे नाल सोचण वाली गल सानूं लाभ की मिले कि इहदे नाल जे असीं इहदा फुड्डे मार मार के असीं खालसा जिंदाबाद कहांगे कि इस दे नाल खालसा बन जाणा जां खालसा दी जिहड़ी संघर्षी लहर है कि उहनूं कोई बल मिलना है? ते मैनूं लगदा बिल्कुल भी नहीं, उल्टा इहदे नाल खालसा दी उह सच्ची सुच्ची पवित्र भावना वाली लहर है जिहड़ी उहनूं नुकसान ही पहुंचना है, नैगेटिव प्रभाव ही पैणा। इस सानू यह भी सोचना चाहिए कि यह उही तिरंगा झंडा है सिखां दे नौजवान बच्चे जो देश दीयां सरहदां दे उपर भारती देश दे पहरेदार बन के खड़ोंदे ने ते दुश्मन दीयां गोलियां उहनां दे सीनियां विच वजदियां ने, उहनां नूं शहीद आपां मंनदे आं, उहनां दीयां लाशां इस तिरंगे झंडे दे विच लिपट के ही आउंदियां ने, उहनां नूं सलूट कीता जांदा, सलाम कीता जांदा। दीप सिद्धू का वृतांत सारे नूं याद होना है, किसानी अंदोलन दे विच 26 जनवरी नूं लाल किले दे एक खाली पए पोल दे उपर केसरी निशान चलाया गया, ते जिहड़ा हिंदुस्तानी मीडिया सी उहने बड़ा रौला पाया सी, गल नूं वगाड़ के पेश कीता सी, ते दीप सिद्धू यह गल खुद बारी तौर पर भी मन्निया, अदालत विच भी मन्निया भी उन्होंने भारतीय तिरंगे झंडे नूं कोई नुकसान नहीं पहुँचाया और भारतीय तिरंगे झंडे का नुकसान करन दा उन्हां दा कोई भावना भी नहीं सी, उन्हां दा कोई एजेंडा भी नहीं सी, उन्हां ने सिर्फ एक खाली पए हुए पोल दे उपर सिखां दा केसरी निशान चलाया। और इस करके फिर दीप सिद्धू नूं जिहड़ी बेल सी उह जमानत प्राप्त हुई सी। खालसानी तां भाई दीप सिद्धू नूं अपना हीरो मंनदे आ। हुण जे असीं इहदे असली अर्थ नूं समझीए, इहना नुकसान ही होगा, फायदा कोई भी नहीं होगा। कारण की है? जिहड़े खालिस्तानी वीर ने उन्होंने समझ लेना चाहिए कि खालिस्तानी कदे कनेडा दे विच नहीं खालिस्तान बनना, खालिस्तान कदे अमरीका च नहीं बनना, खालसा कदे मंगल ग्रह के उपर नहीं बनना। जिस खालिस्तान के सुपने नूं हर एक सिख अपने दिमाग में सिंझ के बैठा है वह इसे पंजाब की धरती उपर बनना है, और जिहड़ी ग्राउंड लैवल की लड़ाई होंदी है वह ग्राउंड उत्ते जाके ही लड़नी पैंदी है। खालिस्तान के नाम के उपर विदेशों के भारतीय हकूमत के वह संघ बैठे ने जेड़े सिखी का पहरावा पा के खालिस्तान के नाम के उपर भारतीय हकूमत के इशारों के उत्ते सिखां नूं बदनाम करन दा, खालिस्तानी लहर नूं बदनाम करन दे यतनां दे विच रहिंदे ने, और उन्हां यतनां दे विच्चों ही एक यतन है भारतीय तिरंगे झंडे दे फुड्डे मारने। याद रखना चाहिए, तुहानू इस गल का पता है कि तुसी फुड्डे मार के किस तिरंगे झंडे तुसी अपने थां दे उत्ते बह गए,
ਕਿਉਂਕਿ ਤੁਸੀਂ ਛੁੱਟੇ ਮਾਮਲੇ ਸਭ ਨੂੰ ਪਤਾ ਕਿ ਤੁਹਾਡੇ ਕੋਲ ਕੈਨੇਡਾ ਅਮਰੀਕਾ ਦੀਆਂ ਪੀ ਆਰ ਨੇ, ਤੁਸੀਂ ਤਾਂ ਪੱਕੇ ਵਸਨੀਕ ਉੱਥੋਂ ਦੇ। ਤੁਸੀਂ ਕੇਵਲ ਫੇਸਬੁੱਕ ਦੇ ਉੱਪਰ, ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਖਾਲਸਾ ਦਾ ਰੌਲਾ ਪਾ ਪਾ ਕੇ ਆਪਣੇ ਆਪ ਨੂੰ ਸੱਚੇ ਸਿੱਖ ਸਾਬਕਾ ਦਾ ਯਤਨ ਕਰਦੇ ਰਹਿੰਦੇ ਹੋ, ਪਰ ਅਸੀਂ ਤਾਂ ਪੰਜਾਬ ਵਿੱਚ ਰਹਿਣਾ ਜੀ। ਜੇ ਕੱਲ੍ਹ ਨੂੰ ਸੋਚ ਕੇ ਦੇਖੋ, ਜੇ ਕੱਲ੍ਹ ਨੂੰ ਜਿਹੜਾ ਇਹ ਐਕਸ਼ਨ ਕੀਤਾ ਗਿਆ ਇਹਦੀ ਰਿਐਕਸ਼ਨ ਹੋ ਜਾਏ, ਇਸ ਐਕਸ਼ਨ ਦੇ ਜਵਾਬ ਦੇ ਵਿੱਚ ਕੋਈ ਬੰਦਾ ਖਾਲਿਸਤਾਨ ਦੇ ਝੰਡੇ ਨੂੰ, ਜਿਹੜਾ ਝੰਡਾ ਕਿ ਉੱਥੇ ਮੋਢਿਆਂ ਉੱਤੇ ਚੁੱਕਿਆ, ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਝੰਡਾ ਚੁੱਕਿਆ ਹੋਇਆ ਕੇਸਰੀ ਰੰਗ ਦਾ, ਉਹਦੇ ਉੱਪਰ ਖੰਡਾ ਵਾਹਿਆ ਹੋਇਆ, ਕਿਰਪਾਨਾਂ ਵਾਹੀਆਂ ਹੋਈਆਂ ਨੇ, ਖੰਡਾ ਕਿਰਪਾਨ ਔਰ ਖਾਲਿਸਤਾਨ ਲਿਖਿਆ ਹੋਇਆ। ਜੇ ਕੱਲ੍ਹ ਨੂੰ ਉਹੋ ਜਿਹਾ ਝੰਡਾ ਕੋਈ ਬਣਾ ਕੇ ਜਿਹਦੇ ਉੱਤੇ ਖਾਲਿਸਤਾਨ ਲਿਖਿਆ ਹੋਵੇ, ਖੰਡਾ ਅਤੇ ਕਿਰਪਾਨ ਦਾ ਨਿਸ਼ਾਨ ਪਾਇਆ ਹੋਵੇ, ਅਤੇ ਉਸ ਝੰਡੇ ਨੂੰ ਪੈਰਾਂ ਥੱਲੇ ਦਬਾ ਕੇ ਫੁੱਡੇ ਮਾਰੇ ਕੋਈ, ਕੋਈ ਆਪਣੇ ਪੈਰਾਂ ਵਿੱਚ ਰੱਖ ਕੇ ਉਹ ਨੱਚੇ ਉਸਦੇ ਉੱਪਰ, ਅਤੇ ਫਿਰ ਸਾਡਾ ਹਾਲ ਕੀ ਹੋਏਗਾ? ਫਿਰ ਅਸੀਂ ਇਹੀ ਰੌਲਾ ਪਾਉਣਾ ਨਾ ਵੀ ਦੇਖੋ ਜੀ, ਗੁਲਾਮ ਦੇਸ਼ ਦੇ ਗੁਲਾਮ ਲੋਕਾਂ ਦੇ ਝੰਡੇ ਨੂੰ ਕੀਤਾ ਜਾ ਰਿਹਾ, ਅਸੀਂ ਗੁਲਾਮ ਹਿੰਦੁਸਤਾਨ ਦੇ ਵਿੱਚ। ਪਰ ਇਹ ਕੰਮ ਕਰਨ ਦਾ ਮੌਕਾ ਕਿਵੇਂ ਦਿੱਤਾ ਗਿਆ, ਇਹ ਸਾਨੂੰ ਸਮਝਣ ਦੀ ਲੋੜ ਹੈ। ਕਦੇ ਐਸਾ ਤਾਂ ਨਹੀਂ ਕਿ ਆਮ ਲੋਕਾਂ ਦੇ ਸਾਹਮਣੇ ਇਹ ਲੋਕ ਖਾਲਿਸਤਾਨੀ ਬਣ ਕੇ ਸਾਨੂੰ ਠੱਗਦੇ ਨੇ, ਸਾਡੀਆਂ ਭਾਵਨਾਵਾਂ ਨਾਲ ਖੇਡਦੇ ਨੇ, ਪਰ ਅੰਦਰ ਤੋਂ ਭਾਰਤੀ ਕੌਮ ਦੇ ਉਹ ਸੰਦ ਹੋਣ ਜਿਨ੍ਹਾਂ ਦਾ ਕੰਮ ਹੀ ਸਿੱਖਾਂ ਨੂੰ ਬਦਨਾਮ ਕਰਨਾ ਹੁੰਦਾ, ਕਦੇ ਇਹ ਠੁੱਡੇ ਮਾਰਨ ਵਾਲੇ ਉਹ ਲੋਕ ਤਾਂ ਨਹੀਂ ਨੇ। ਕਿਉਂਕਿ ਗੱਲ ਯਾਦ ਰੱਖਣੀ ਚਾਹੀਦੀ ਹੈ, ਜੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਨਿੱਜਰ ਨੂੰ ਗੋਲੀਆਂ ਮਾਰ ਕੇ ਭਾਰਤੀ ਹਕੂਮਤ ਏਜੰਸੀਆਂ ਖਤਮ ਕਰਵਾ ਸਕਦੀਆਂ ਨੇ, ਅਤੇ ਗੁਰਪਤਵੰਤ ਪੰਨੂ ਨੂੰ ਮਾਰਨਾ ਭਾਰਤੀ ਸਟੇਟ ਦੇ ਲਈ ਕੋਈ ਬਹੁਤੀ ਮੁਸ਼ਕਲ ਗੱਲ ਨਹੀਂ ਹੈ, ਪਰ ਗੁਰਪਤਵੰਤ ਪੰਨੂ ਨੂੰ ਭਾਰਤ ਸਰਕਾਰ ਕਦੇ ਨਹੀਂ ਮਾਰੇਗੀ। ਕਿਉਂ? ਕਿਉਂਕਿ ਉਹਨਾਂ ਦਾ ਸਰਕਾਰੀ ਸੰਦ ਹੈ। ਇਸ ਗੱਲ ਕਹਿਣ 'ਚ ਦੋ ਰਾਵਾਂ ਨਹੀਂ। ਪੈਸੇ ਇਕੱਠੇ ਕੀਤੇ ਜਾਂਦੇ ਆ ਖਾਲਿਸਤਾਨ ਦੇ ਨਾਮ 'ਤੇ, ਖਾਲਿਸਤਾਨ ਦੇ ਨਾਮ ਦੇ ਨਾਅਰੇ ਲਾ ਲਾ ਕੇ ਵੱਡੇ ਵੱਡੇ, ਖਾਲਿਸਤਾਨੀ ਲਹਿਰ ਦੇ ਨਾਮ ਦੇ ਉੱਤੇ ਇੱਦਾਂ ਦੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਸਿੱਖਾਂ ਨੂੰ ਜਰੈਮ ਪੇਸ਼ਾ, ਸਿੱਖਾਂ ਨੂੰ ਜ਼ਾਲਮ, ਸਿੱਖਾਂ ਨੂੰ ਬੇਅਕਲੇ ਸਾਬਤ ਕੀਤਾ ਜਾ ਸਕੇ। ਯਾਦ ਰੱਖੋ, ਜੇ ਮਣੀਪੁਰ ਦੀ ਘਟਨਾ ਨੂੰ ਅਸੀਂ ਹਿੰਦੂ ਰਾਜ ਨਾਲ ਜੋੜ ਸਕਦੇ ਹਾਂ, ਜੁੜਿਆ ਜਾ ਰਿਹਾ ਨਾ, ਜਿਹੜੇ ਮਣੀਪੁਰ ਦੀ ਘਟਨਾ ਹੈ ਕਿ ਲੜਕੀਆਂ ਨਾਲ ਰੇਪ ਕਰਕੇ ਉਹਨੂੰ ਨੰਗਿਆ ਘੁਮਾਇਆ ਜਾਂਦਾ ਬਾਜ਼ਾਰ ਦੇ ਵਿੱਚ, ਅਤੇ ਅਸੀਂ ਕਹਿੰਦੇ ਹਾਂ ਇਹ ਹਿੰਦੂ ਰਾਜ ਦਾ ਇੱਕ ਦ੍ਰਿਸ਼ ਹੈ, ਅਤੇ ਕੀ ਇੱਦਾਂ ਤਿਰੰਗੇ ਝੰਡੇ ਦੇ ਠੁੱਡੇ ਮਾਰ ਕੇ ਕਿ ਇਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵੀ ਖਾਲਿਸਤਾਨ ਦਾ ਦ੍ਰਿਸ਼ ਹੈ? ਕੀ ਅਸੀਂ ਮੌਕਾ ਨਹੀਂ ਦੇ ਰਹੇ ਉਹਨਾਂ ਲੋਕਾਂ ਨੂੰ? ਸੋਚਣਾ ਚਾਹੀਦਾ। ਰਹੀ ਗੱਲ ਇਸ ਝੰਡੇ ਨੂੰ ਸਾੜਨ ਤੋਂ ਬਾਅਦ ਸਾਨੂੰ ਫਾਇਦਾ ਕੀ ਹੋਵੇਗਾ, ਨੁਕਸਾਨ ਹੀ ਹੋਣਾ। ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੂੰ, ਸਿੱਖਾਂ ਨੂੰ ਸਾਜੇ ਹੋਏ ਪੰਥ ਤੱਕ ਇੰਨਾ ਨੁਕਸਾਨ ਕੀਤਾ ਔਰੰਗਜ਼ੇਬ ਨੇ। ਗੁਰੂ ਸਾਹਿਬ ਨੇ ਕਦੇ ਵੀ ਮੁਗਲੀਆ ਹਕੂਮਤ ਦੇ ਝੰਡੇ ਦੇ ਨਾਲ ਵੀ ਇੱਦਾਂ ਦਾ ਵਰਤਾਂਤ ਯਤਨ ਨਹੀਂ ਕੀਤਾ। ਕਿਉਂ? ਕਿਉਂਕਿ ਗੁਰੂ ਦਾ ਮਕਸਦ ਹੀ ਕੁਝ ਹੋਰ ਸੀ। ਇਸ ਕਰਕੇ ਸਾਨੂੰ ਸੋਚਣਾ ਚਾਹੀਦਾ, ਕੇਵਲ ਅਤੇ ਕੇਵਲ ਭਾਰਤੀ ਤਿਰੰਗੇ ਝੰਡੇ ਨੂੰ ਠੁੱਡੇ ਮਾਰ ਕੇ ਖਾਲਿਸਤਾਨ ਨਹੀਂ ਬਣਨ ਲੱਗਾ। ਹਾਂ, ਖਾਲਿਸਤਾਨ ਦੀ ਲਹਿਰ ਦੀ ਬਦਨਾਮੀ ਇਹੋ ਜਿਹੀਆਂ ਕਰਤੂਤਾਂ ਦੇ ਨਾਲ ਜ਼ਰੂਰ ਹੋ ਜਾਂਦੀ ਹੈ, ਲੋਕਾਂ ਨੂੰ ਕਹਿਣ ਦਾ ਮੌਕਾ ਮਿਲਦਾ ਖਾਲਿਸਤਾਨੀ ਤਾਂ ਇੱਦਾਂ ਦੇ ਹੁੰਦੇ ਆ ਜੀ। ਸਾਨੂੰ ਸਾਡਾ ਦੇਸ਼ ਚਾਹੀਦਾ, ਅਸੀਂ ਵੀ ਖਾਲਸਾ ਰਾਜ ਦੇ ਹੱਕ ਦੇ ਵਿੱਚ, ਪਰ ਕਿਸੇ ਦੂਜੇ ਰਾਜ ਨੂੰ ਨੀਵਾਂ ਦਿਖਾ ਕੇ ਨਹੀਂ, ਦੂਜੇ ਨੂੰ ਬਦਨਾਮ ਕਰਕੇ ਆਪਣੀ ਵਡਿਆਈ ਨਹੀਂ। ਇਹ ਸਿੱਖ ਦਾ ਸਿਧਾਂਤੀ ਨਹੀਂ, ਇਹ ਸੱਚੇ ਸੁੱਚੇ ਖਾਲਿਸਤਾਨੀਆਂ ਦਾ ਕੰਮ ਨਹੀਂ ਹੋ ਸਕਦਾ। ਇਹ ਕੰਮ ਉਹਨਾਂ ਲੋਕਾਂ ਦਾ ਜਿਹੜੇ ਖਾਲਿਸਤਾਨੀਆਂ ਦੇ ਨਾਮ ਦੇ ਉੱਪਰ ਭਾਰਤੀ ਸਟੇਟ ਦੇ ਸੰਦ ਬਣ ਕੇ ਬੈਠੇ, ਜਿਨ੍ਹਾਂ ਦਾ ਕੰਮ ਖਾਲਿਸਤਾਨ ਦੀ ਸੱਚੀ ਸੁੱਚੀ ਪਵਿੱਤਰ ਲਹਿਰ ਨੂੰ ਕੇਵਲ ਬਦਨਾਮ ਕਰਨਾ, ਨਿਗਰਵਣ ਲੈ ਕੇ ਜਾਣਾ। ਮੈਂ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਉਹਨਾਂ ਆਮ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦਾ ਕਿ ਜਦੋਂ ਵੀ ਕਿਤੇ ਇਹਨਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਇਹਨਾਂ ਲੋਕਾਂ ਦਾ ਵਿਰੋਧ ਕਰਿਆ ਕਰੋ। ਐਸੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸਾਡੇ ਲਈ ਭਾਰੀ ਸਾਬਤ ਹੋ ਸਕਦਾ, ਕਿਉਂਕਿ ਤੁਸੀਂ ਤਾਂ ਕੈਨੇਡਾ ਅਮਰੀਕਾ ਬੈਠੋ, ਅਸੀਂ ਤਾਂ ਭਾਰਤ ਵਿੱਚ ਰਹਿਣਾ, ਅਸੀਂ ਤਾਂ ਪੰਜਾਬ ਦੇ ਵਿੱਚ ਰਹਿਣਾ। ਜਦੋਂ ਕੋਈ ਘਟਨਾ ਇੱਦਾਂ ਦੀ ਹੋਵੇਗੀ, ਮੰਨ ਲਓ ਕੱਲ੍ਹ ਨੂੰ ਕੋਈ ਖਾਸ ਕੇਸਰੀ ਝੰਡਾ ਲੈ ਕੇ ਖੰਡੇ ਕਿਰਪਾਨਾਂ ਨੂੰ ਛਪਵਾ ਕੇ ਉਹਨੂੰ ਪੈਰਾਂ 'ਚ ਇੱਦਾਂ ਰੋਲਦਾ, ਅਤੇ ਫਿਰ ਤੁਸੀਂ ਕੈਨੇਡਾ ਵਿੱਚ ਬੈਠਣ ਰੌਲਾ ਪਾਉਣਾ ਵੀ ਪੰਜਾਬ ਦੇ ਸਿੱਖ ਤਾਂ ਮਰ ਗਏ,
पंजाब के प्रचार किथे ने बोल नहीं रहे जी हुण कंडे तुसी बीजने ने ते बोलन लई सानू छड्ड देना पंजाब की धरती के उत्ते असी बोलांगे तां वी मरांगे जे नहीं बोलांगे तां वी मरांगे बोलांगे तां हुकूमत पाएगी नहीं बोलांगे तां तुसी तुसी नहीं जाण दिंदे तुसी कादे प्रचार को पर ये कंडे तुहाडे बीजे हुंदे आ इस करके बेनती है आम सिख संगत ਇਹੋ ਜਿਹੀਆਂ ਕਰਤੂਤਾਂ ਜਿੱਥੇ ਵੀ ਹੁੰਦੀਆਂ ਨੇ ਆਪ ਖੁਦ ਵਿਰੋਧ ਕਰੋ ਇਹਦੇ ਨਾਲ ਅਸੀਂ ਬਦਨਾਮ ਹੋ ਰਹੇ ਹਾਂ ਸਾਡਾ ਕੋਈ ਲਾਭ ਨਹੀਂ ਹੋਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ